ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਤੇ ਜ਼ੋਰ ਦੇ ਰਹੀ ਹੈ ਮਹੱਲਾ ਕਲੀਨਿਕ ਕਹਿ ਰਹੇ ਲੇਕਿਨ ਸਰਕਾਰ ਦੀ ਨਵੀਂ ਸੋਚ ਦੇ ਨਾਲ ਲੱਗਦਾ ਕਿ ਸੂਬੇ ਦੀ ਜਿਹੜੀ ਸਿਹਤ ਆ ਉਹ ਹੋਰ ਬਿਮਾਰ ਹੋ ਜਾਊਗੀ ਹਾਲਾਂਕਿ ਨਵੀਂ ਸੋਚ ਦੇ ਨਾਲ ਨਰੋਈ ਸੋਚ ਦੇ ਨਾਲ ਨਰੋਈ ਸੂਬੇ ਦੀ ਸਿਹਤ ਹੋਣੀ ਚਾਹੀਦੀ ਲੇਕਿਨ ਇੱਥੇ ਹੁਣ ਉਲਟਾ ਕੰਮ ਹੋ ਰਿਹਾ ਸਰਕਾਰ ਆਮ ਆਦਮੀ ਕਲੀਨਿਕ ਜਿਹੜੀ ਖੋਲ ਰਹੀ ਆ ਜ਼ਿਆਦਾਤਰ ਤੇ ਰੰਗ ਰੋਕੜ ਕੀਤੇ ਜਾ ਰਹੇ ਨੇ ਜਿਹੜੇ ਹਸਪਤਾਲ ਜਾਂ ਡਿਸਪੈਂਸਰੀਆਂ ਆ ਹੀ ਜਾਂ ਮਿੰਨੀ ਹੈਲਥ ਸੈਂਟਰਸ ਵੀ ਉਹ ਸਿਰਫ ਆਮ ਆਦਮੀ ਕਲੀਨਿਕ ਹੀ ਬਣ ਕੇ ਰਹ ਗਏ ਨੇ ਲੇਕਿਨ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਖਬਰ ਲਾਜ਼ਮੀ ਤੌਰ ਤੇ ਪੈਰਾਥਲੋ ਜ਼ਮੀਨ ਖਿਸਕਣ ਵਾਲੀ ਗੱਲ ਆ ਕਿ ਕੀ ਜਿੱਥੇ ਇੱਕ ਐਮਬੀਬੀਐਸ ਡਾਕਟਰ ਤਣਾਤ ਹੋਵੇ ਉੱਥੇ ਹੁਣ ਕੀ ਇੱਕ ਨਰਸ ਕੰਮ ਕਰ ਸਕਦੀ ਆ ਜਾਂ ਫਿਰ ਜਿੱਥੇ ਇੱਕ ਮੈਡੀਕਲ ਸਾਇੰਸ ਹੋਵੇ ਕੀ ਉੱਥੇ ਉਹ ਡਿਸਪੈਂਸਰੀਆਂ ਦੇ ਵਿੱਚ ਆਯੁਰਵੈਦਿਕ ਜਿਹੜਾ ਪ੍ਰੈਕਟਿਸ਼ਨਰ ਆ ਉਹ ਕੰਮ ਕਰ ਸਕਦਾ ਨਹੀਂ ਨਾ ਕਰ ਸਕਦਾ ਕਿਵੇਂ ਇੱਕ ਨਰਸ ਇੱਕ ਡਾਕਟਰ ਦੀ ਜਗ੍ਹਾ ਲੈ ਸਕਦੀ ਹੈ ਕਿਵੇਂ ਇੱਕ ਆਯੁਰਵੈਦਿਕ ਜਿਹਨੇ ਪ੍ਰੈਕਟਿਸ ਕਰਦਾ ਹੋਵੇ ਉਹ ਮੈਡੀਕਲ ਜਿਹੜੀ ਹੈ ਮੈਡੀਸਨ ਦੇ ਸਕਦਾ ਹੋਵੇ ਐਲੋਪੈਥੀ ਦੇ ਸਕਦਾ ਹੋਵੇ ਜਦਕਿ ਉਹਨੂੰ ਕੋਈ ਗਿਆਨ ਨਹੀਂ ਹੈ ਲੇਕਿਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਬਦਲਾਅ ਹੋ ਰਿਹਾ ਹੈਲਥ ਦੇ ਵਿੱਚ ਚੰਗੀ ਗੱਲ ਹੈ ਲੇਕਿਨ ਜਿਹੜੇ ਨਿਜ਼ਮ ਨੇ ਉਹ ਸਿੱਕੇ ਟੰਗੇ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸੂਬਾ ਸਰਕਾਰ ਸਿਹਤ ਵਿਭਾਗ ਜਿਹਦੇ ਮੰਤਰੀ ਨੇ ਖੁਦ ਡਾਕਟਰ ਨਹੀਂ ਡਾਕਟਰ ਬਲਬੀਰ ਸਿੰਘ ਹੁਣੀ ਮੰਨਿਆ ਕਿ ਕੋਈ ਹੋਰ ਸੀ ਮਾਲੂ ਚੇਤਨ ਸਿੰਘ ਜੋੜਾ ਮਾਜਰਾ ਦੇ ਸਾਹਿਬ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਸ਼ਾਇਦ ਮੈਡੀਕਲ ਬਾਰੇ ਗਿਆਨ ਨਾ ਹੋਵੇ ਲੇਕਿਨ ਖੁਦ ਜਿਹੜੇ ਡਾਕਟਰ ਬਲਬੀਰ ਸਿੰਘ ਨੇ ਖੁਦ ਡਾਕਟਰ ਨੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਖੁਦ ਡਾਕਟਰ ਨੇ ਕੈਬਨਟ ਦੇ ਵਿੱਚ ਨੇ ਡਾਕਟਰ ਜਿਹੜੇ ਬਲਜੀਤ ਕੌਰ ਨੇ ਖੁਦ ਡਾਕਟਰ ਨੇ ਐਮਡੀ ਰਹਿ ਚੁੱਕੇ ਨੇ ਕੈਬਨਟ ਦੇ ਵਿੱਚ ਤਿੰਨ ਤਿੰਨ ਮੰਤਰੀ ਡਾਕਟਰ ਹੋਣ ਐਮਡੀ ਹੋਣ ਇਸ ਦੇ ਬਾਵਜੂਦ ਸਿਹਤ ਸਵਾਵਾ ਦੇ ਵਿੱਚ ਨਿਗਾਰਾਵੇ ਜਾਂ ਨਿਜ਼ਮ ਸ਼ਿੱਕੇ ਟੰਗੇ ਜਾਣ ਤੇ ਫਿਰ ਇਹ ਜਿਹੇ ਕੈਬਨਟ ਦੇ ਵਿੱਚ ਡਾਕਟਰਾਂ ਦੀ ਕੀ ਲੋੜ ਹੈ ਫਿਰ ਤੇ ਆਮ ਹੀ ਜਿਹੜੇ ਮੋਬਾਈਲ ਠੀਕ ਕਰਦੇ ਐ ਐਮ ਐਲ ਏ ਬਣੇ ਹੀ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਜਾਂ ਜਿਹੜੇ ਹੋਰ ਕਾਰੋਬਾਰ ਛੋਟੇ-ਮੋਟੇ ਕਰਦੇ ਸੀ ਫੋਟੋਗ੍ਰਾਫੀ ਦਾ ਕੰਮ ਕਰਦੇ ਸੀ ਜਾਂ ਕੋਈ ਹੋਰ ਕਰਦੇ ਸੀ ਉਹਨਾਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਭਿਜੇ ਉਹ ਇੱਕ ਆਮ ਐਮਐਲਏ ਮੰਤਰੀ ਬਣ ਜੇ ਤਾਂ ਫਿਰ ਉਹ ਸ਼ਾਇਦ ਉਸ ਤੋਂ ਵਧੀਆ ਕੰਮ ਕਰਦੇ ਨੇ ਜਿਵੇਂ ਮੌਜੂਦਾ ਹੁਣ ਸਿਹਤ ਸਵਾਮਾ ਦੇ ਵਿੱਚ ਹੋ ਰਿਹਾ ਹੁਣ ਸਰਕਾਰ ਨੇ ਆਰਡਰ ਕੀ ਪਾਸ ਕਰ ਦਿੱਤੇ ਹੈ ਕਿ ਜਿਹੜੀਆਂ ਪਿੰਡੂ ਡਿਸਪੈਂਸਰੀਆਂ ਨੇ ਕੋਈ 1186 ਦੇ ਕਰੀਬ ਹੋਣੀਆਂ ਜਿਹਦੇ ਚ ਸਰਕਾਰ ਨੇ ਕਿਹਾ ਤਾਂ ਆਦੇਸ਼ ਜਾਰੀ ਕਰ ਦਿੱਤੇ ਕਿ ਇੱਥੇ ਹੁਣ ਨਰਸਾਂ ਤੇ ਜਿਹੜੇ ਆਯੁਰਵੈਦਿਕ ਪ੍ਰੈਕਟਿਸ ਕਰਦੇ ਨੇ ਡਾਕਟਰ ਉਹ ਕੰਮ ਕਾਜ ਦੇਖਣਗੇ ਉਹ ਕੰਟਰੋਲ ਕਰਨਗੇ ਹੁਣ ਸਵਾਲ ਆ ਕਿ ਇੱਕ ਨਰਸ ਕਿਵੇਂ ਕਰ ਸਕਦੀ ਆ ਜਾਂ ਜਿਹੜੇ ਆਯੁਰਵੈਦਿਕ ਪ੍ਰੈਕਟਿਸ ਕਰਦੇ ਨੇ ਪ੍ਰੈਕਟਿਸ਼ਨਰ ਉਹ ਕਿਵੇਂ ਕੰਮ ਕਰ ਸਕਦੇ ਹੈਗੇ ਨੇ ਇਹ ਹਾਲ ਹੀ ਜਿਹੜੇ ਸੀਨੀਅਰ ਮੈਡੀਕਲ ਆਫਸਰ ਹਾਰਪੁਰ ਨੇ ਉਹਨਾਂ ਨੇ ਜਿਹੜੇ 5 ਜਿਹੜੇ ਕਮਿਊਨਿਟੀ ਹੈਲਥ ਸੈਂਟਰ ਨੇ ਜਿਹੜੇ ਉੱਥੇ ਉੱਥੇ ਜਿਹੜੇ ਐਮਬੀਬੀਐਸ ਦੇ ਡਾਕਟਰਾਂ ਦੀਆਂ ਸੀ ਪੋਸਟਾਂ ਉਹ ਇੱਕ ਤੇ ਟਰਾਂਸਫਰ ਕਰਤੇ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਤੇ ਜਿੱਥੋਂ ਉਹ ਤਨਾਸਨ ਉਥੇ ਹੁਣ ਨਰਸਾਂ ਦੀ ਡਿਊਟੀ ਲਗਾ ਦਿੱਤੀ ਗਈ ਆ ਜਿਹਦੇ ਚ ਮਨੀਸ਼ ਰਾਣਾ ਨੂੰ ਪੋਸਟ ਕੀਤਾ ਗਿਆ ਹੈਗਾ ਗੜੀ ਮਨਸੂਵਾਲ ਅਮਰਦੀਪ ਕੌਰ ਨੂੰ ਡੜਿਆਲ ਕਿਰਨਜੀਤ ਕੌਰ ਨੂੰ ਸੈਲਾ ਖੁਰਦ ਮધુਬਾਲਾ ਨੂੰ ਪੜੀ ਸੂਰਾ ਸਿੰਘ ਅਤੇ ਨੈਣਾ ਭਾਰਤੀ ਨੂੰ ਬਾਬਲਪੁਰ ਦੇ ਵਿੱਚ ਤਨਾਤ ਕਰ ਦਿੱਤਾ ਗਿਆ ਜਦ ਕਿ ਪਹਿਲਾਂ ਇੱਥੇ ਡਾਕਟਰ ਐਮਬੀਬੀਐਸ ਦੀ ਪੋਸਟ ਆ ਹੁਣ ਨਾਲ ਦੀ ਨਾਲ ਇਹ ਇਹ ਜਿਹੜੇ ਪੰਜ ਜਣੇ ਸਟਾਫ ਨਰਸਾਂ ਨੇ ਇਹ ਰੂਲਰ ਮੈਡੀਕਲ ਅਫਸਰ ਦੀ ਜਗ੍ਹਾ ਲੈਣਗੇ ਰੂਲਰ ਮੈਡੀਕਲ ਅਫਸਰ ਉਹ ਨੇ ਜਿਹੜੇ ਐਮਬੀਬੀਐਸ ਡਾਕਟਰ ਨੇ ਔਰ ਐਮਬੀਬੀਐਸ ਡਾਕਟਰ ਪੰਜਾਬ ਮੈਡੀਕਲ ਕਾਉਂਸਲ ਦੇ ਨਾਲ ਵੀ ਰਜਿਸਟਰਡ ਹੁੰਦੇ ਨੇ ਤੇ ਨਾਲ ਦੀ ਨਾਲ ਜਿਹੜਾ ਨੈਸ਼ਨਲ ਮੈਡੀਕਲ ਕਮਿਸ਼ਨ ਆ ਉੱਥੇ ਵੀ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਆ ਖਾਸ ਕਰਕੇ ਜਦੋਂ ਤੁਸੀਂ ਐਮਬੀਬੀਐਸ ਕਰਦੇ ਜਾਂ ਬੀਡੀਐਸ ਕਰਦੇ ਹੋ ਪਰ ਇਹ ਜਿਹੜੇ ਹੁਣ ਪੰਜ ਜਿਹੜੀਆਂ ਸਟਾਫ ਨਰਸਾਂ ਜਿਹੜੀਆਂ ਸ਼ਾਰਪੁਰ ਦੇ ਐਸਐਮਓ ਵੱਲੋਂ ਟਰਾਂਸਫਰ ਕੀਤੇ ਗਏ ਨੇ ਕੀ ਇੱਕ ਸਟਾਫ ਨਰਸ ਐਮਬੀਬੀਐਸ ਦੀ ਜਗ੍ਹਾ ਕਿਵੇਂ ਲੈ ਸਕਦੀ ਜਾਂ ਉਹ ਕਿਵੇਂ ਡਿਸਪੈਂਸਰੀ ਚਲਾ ਸਕਦੇ ਨੇ ਖਾਸ ਕਰਕੇ ਔਰ ਇਸ ਸ਼ਰੇਆਮੇ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਨੈਸ਼ਨਲ ਮੈਡੀਕਲ ਕਮਿਸ਼ਨ ਐਕਟ 192019 ਉਦੀ ਉਲੰਘਣਾ ਸ਼ਰਿਆਮ ਜਿਹੜਾ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਐਕਟ 2010 ਕਹਿੰਦਾ ਕਿ ਜਿਹੜੇ ਸਿਰਫ ਰਜਿਸਟਰਡ ਜਿਹੜੇ ਮੈਡੀਕਲ ਪ੍ਰੈਕটিশਨਰ ਆ ਉਹੀ ਮੈਡੀਸਨ ਪ੍ਰਸਕ੍ਰਾਈਬਡ ਕਰ ਸਕਦੇ ਦੇ ਸਕਦੇ ਨੇ ਇਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਆ ਇਸ ਸੈਕਟਰ ਦੇ ਵਿੱਚ ਕਿ ਚਾਹੇ ਕੋਈ ਸਟਾਪਨਰਸ ਆ ਜਾਂ ਫਿਰ ਕੋਈ ਹੋਰ ਆ ਉਹ ਮੈਡੀ ਡਿਸਪੈਂਸਰੀਆਂ ਰਨ ਕਰ ਸਕਦੇ ਜਾਂ ਮੈਡੀਕ ਮੈਡੀਸਨ ਦੇ ਸਕਦੇ ਹੈਗੇ ਨੇ ਇਹ ਸਰਾਸਰ ਗਲਤ ਹੈ ਹਾਲਾਂਕਿ ਕੁਝ ਕਿਸਾਲ ਪਹਿਲਾਂ ਪੰਜਾਬ ਨੇ ਇੱਕ ਡਿਜ਼ਾਈਨ ਕੀਤਾ ਸੀ ਐਕਟ ਜਿਹਦੇ ਚ ਜਿਹੜੀਆਂ ਨਰਸਰ ਹੈਗੇ ਨੇ ਉਹਨਾਂ ਨੂੰ ਐਕਸਲਰੀ ਨਰਸਿੰਗ ਵਿਡ ਵਾਈਫ ਜਿਹਨੂੰ ਕਹਿੰਦੇ ਹੈਗੇ ਨੇ ਮਿਡ ਵਾਈਫਰੀ ਐਨ ਐਮ ਕਹਿੰਦੇ ਹੈਗੇ ਨੇ ਉਹ ਜਿਹੜੇ ਇੱਕ ਡਿਸਪੈਂਸਰੀਆਂ ਚ ਤਨਾਤ ਕੀਤੇ ਗਏ ਨੇ ਲੇਕਿਨ ਆ ਨਹੀਂ ਹੋ ਸਕਦਾ ਸੀ ਕਿ ਉਹ ਡਾਕਟਰਾਂ ਦੀ ਜਗਾ ਲੈਣਗੇ ਇਸੇ ਤਰ੍ਹਾਂ ਹੀ ਜਿਹੜੇ ਰੂਰਲ ਡਿਸਪੈਂਸਰੀ ਆ ਗਿਆ ਨੇ ਉੱਥੇ ਵੀ ਜਿਹੜੇ ਹੈਲਥ ਕੇਅਰ ਸਰਵਿਸ ਹਨ ਖਾਸ ਕਰਕੇ ਜੇ ਸ਼ਾਰਪੁਰ ਤੋਂ ਬਾਅਦ ਮੁਕਸਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੇ ਤਿੰਨ ਹੈ ਨੇ ਜਿਹੜੇ ਕਮਿਊਨਿਟੀ ਹੈਲਥ ਆਫੀਸਰ ਨੇ ਉਹਨਾਂ ਨੂੰ ਆਮ ਆਦਮੀ ਜਿਹੜੀ ਆਮ ਆਦਮੀ ਕਲੀਨਿਕ ਚ ਤਬਦੀਲ ਕੀਤਾ ਗਿਆ ਹੈਗਾ ਇਹ ਵੀ ਵਾਇਲੇਸ਼ਨ ਹੋਈ ਆ ਔਰ ਇਥੋਂ ਤੱਕ ਜਿਹੜਾ ਇੱਕ ਸੀਐਚਓ ਨੇ ਜਿਹੜਾ ਜਿਹਨੂੰ ਕਮਿਊਨਿਟੀ ਹੈਲਥ ਆਫੀਸਰ ਕਿਹਾ ਜਾਂਦਾ ਹੈਗਾ ਐਮਬੀਏ ਬੀ ਐਮਬੀਬੀਐਸ ਦੇ ਬਰਾਬਰ ਉਹ ਜਸਵਿੰਦਰ ਕੁਮਾਰ ਨੂੰ ਪੋਸਟਡ ਕਰਤਾ ਹੈਗਾ ਆਮ ਆਦਮੀ ਕਲੀਨਿਕ ਪੰਨੀਵਾਲਾ ਪ੍ਰੀਤੀ ਰਾਜ ਨੂੰ ਤਨਾਦ ਕਰ ਦਿੱਤਾ ਹੈਗਾ ਭਾਈ ਕਾ ਕੇੜਾ ਅਤੇ ਸੁਨੀਲ ਕੁਮਾਰ ਨੂੰ ਕਰਤਾ ਕੰਦੂ ਖੇੜਾ ਔਰ ਸਭ ਤੋਂ ਮਹੱਤਵਪੂਰਨ ਇੱਕ ਹੋਰ ਹੈਰਾਨੀ ਵਾਲੀ ਗੱਲ ਦੀ ਟ੍ਰਿਬਿਊਨ ਦੇ ਪੱਤਰਕਾਰ ਵਿਸ਼ਵ ਭਾਰਤੀ ਰਿਪੋਰਟ ਕੀ ਕਹਿੰਦੀ ਹੈਗੀ ਆ ਕਿ ਜਿਹੜੇ ਆਯੁਰਵੈਦਿਕ ਡਾਕਟਰ ਨੇ ਉਹਨਾਂ ਨੂੰ ਵੀ ਆਮ ਆਦਮੀ ਕਲੀਨਿਕ ਚ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈਗਾ ਔਰ ਕੀ ਜਿਹੜਾ ਆਯੁਰਵੈਦਿਕ ਡਾਕਟਰ ਜਿਨੇ ਬੀਏ ਐਮਐਸ ਦੀ ਪੜ੍ਹਾਈ ਕੀਤੀ ਹੈ ਬੈਚਲਰ ਆਫ ਆਯੁਰਵੈਦਿਕ ਮੈਡੀਕਲ ਸਾਇੰਸ ਕੀ ਇੱਕ ਆਯੁਰਵੈਦਿਕ ਡਾਕਟਰ ਜਿਹਨੇ ਪੜ੍ਹਾਈ ਆਯੁਰਵੈਦਿਕ ਦੀ ਕੀਤੀ ਹੈ ਵਿਦਿਵਿਧਾਨ ਜਾਂ ਉਹਨਾਂ ਨੇ ਸਭ ਕੁਝ ਪੜ੍ਹਿਆ ਕੀ ਉਹ ਫਿਰ ਐਲੋਪੈਥੀ ਮੈਡੀਸਨ ਦੇ ਸਕਦੇ ਹੈ ਇਹ ਵੀ ਆਪਣੇ ਆਪ ਚ ਇੱਕ ਲੰਘਣਾ ਵਾਇਲੇਸ਼ਨ ਆ ਗਈ ਹੈ ਇੱਕ ਆਯੁਰਵੈਦਿਕ ਔਰ ਇੱਕ ਕਾਨੂੰਨ ਦੀ ਵਿਲੰਗਣਾ ਐਕਟ ਦੀ ਵੀ ਲੰਘਣਾ ਗਿਆ ਔਰ ਅਮਿਤ ਕੁਮਾਰ ਨੇ ਇੱਕ ਆਯੁਰਵੈਦਿਕ ਮੈਡੀਕਲ ਆਫੀਸਰ ਇਹਨਾਂ ਨੂੰ ਆਮ ਆਦਮੀ ਜਿਹੜਾ ਕਲੀਨਿਕ ਖੋਲਿਆ ਰਾਏਪੁਰ ਰਸੂਲਪੁਰ ਉਥੇ ਸ਼ਿਫਟ ਕੀਤਾ ਗਿਆ ਇਹ ਆਪਣੇ ਆਪ ਚ ਇੱਕ ਵੱਡੀ ਹੈਰਾਨੀ ਵਾਲੀ ਗੱਲ ਹੈ ਔਰ ਇਹ ਹਾਲਾਂਕਿ ਪਿਛਲੇ 2 ਸਾਲ ਪਹਿਲਾਂ ਜਿਹੜੇ ਕਮਿਊਨਿਟੀ ਹੈਲਥ ਆਫੀਸਰ ਨੇ ਸੀਐਚਓ ਜਿਹਨੂੰ ਕਿਹਾ ਜਾਂਦਾ ਹੈ ਨੇ ਡਿਮਾਂਡ ਕੀਤੀ ਸੀ ਕਿ ਸਾਨੂੰ ਵੀ ਜਿਹੜੀ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਆਗਿਆ ਦਿੱਤੀ ਜਾਵੇ ਪਰ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਨੇ ਇਹ ਉਹਦੇ ਅੰਦਰ ਰੱਖੇ ਗਏ ਸੀ ਉਹਨਾਂ ਨੇ ਕਲੀਅਰ ਇਨਸਟਰਕਸ਼ਨ ਦਿੱਤੀ ਸੀ ਕਿ ਤੁਸੀਂ ਜਿਹੜੇ ਸੀਐਚਓ ਨੇ ਕਮਿਊਨਿਟੀ ਹੈਲਥ ਆਫੀਸਰ ਐਮਬੀਬੀਐਸ ਡਾਕਟਰ ਉਹ ਪ੍ਰੈਕਟਿਸ ਨਹੀਂ ਕਰ ਸਕਦੇ ਇਸ ਮਸਲੇ ਦੇ ਵਿੱਚ ਵਿਸ਼ਵ ਭਾਰਤੀ ਉਹਨਾਂ ਕਹਿੰਦੇ ਕਿ ਉਹਨਾਂ ਨੇ ਵਾਰ-ਵਾਰ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਣਾ ਨਾਲ ਕਿ ਉਹਨਾਂ ਦਾ ਪੱਖ ਲਿਆ ਜਾਵੇ ਉਹਨਾਂ ਨਾਲ ਗੱਲ ਕੀਤੀ ਜਾਵੇ ਕਿ ਆਖਰ ਹੋ ਕੀ ਰਿਹਾ ਕਿ ਇੱਕ ਆਯੁਰਵੈਦਿਕ ਡਾਕਟਰ ਐਲੋਪੈਥੀ ਮੈਡੀਸਨ ਦੇ ਸਕਦਾ ਕਿ ਇੱਕ ਨਰਸ ਸਟਾਬਨਰਸ ਕਿ ਉਹ ਐਮਬੀਬੀਐਸ ਡਾਕਟਰ ਦੀ ਜਗ੍ਹਾ ਲੈ ਸਕਦੇ ਨੇ ਇਸ ਮਸਲੇ 'ਚ ਉਹ ਪੱਖ ਲੈਣਾ ਚਾਹੁੰਦੇ ਸੀ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ ਮੈਸੇਜ ਦਾ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਜਿਹੜੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਤੋਂ ਰਜਿਸਟਰਡ ਹੋਏ ਨੇ ਡਾਕਟਰ ਪਿਆਰੇ لال ਗਰਗ ਉਹ ਕਹਿੰਦੇ ਨੇ ਕਿ ਕਿਵੇਂ ਇੱਕ ਆਮ ਬੰਦਾ ਜਾਂ ਇੱਕ ਪਰਸਨ ਜਿਹੜੇ ਉਹ ਜਿਹੜਾ ਇੱਕ ਕਿਵੇਂ ਡਾਇਗਨੋਸ ਕਰ ਸਕਦਾ ਜਾਂ ਕਿਵੇਂ ਬਿਮਾਰੀ ਦਾ ਇਲਾਜ ਕਰ ਸਕਦਾ ਇੱਕ ਖਾਸ ਕਰਕੇ ਇੱਕ ਸਟਾਫ ਨਰਸ ਉਹ ਇੱਕ ਡਾਕਟਰ ਦੀ ਕਿਵੇਂ ਜਗ੍ਹਾ ਲੈ ਸਕਦੇ ਕਹਿੰਦੇ ਇਹਨੂੰ ਤਾਂ ਸਿਰਫ ਇੱਕ ਇੱਕ ਮੌਕਰੀ ਕਹਿ ਸਕਦੇਗੇ ਮੈਡੀਕਲ ਸਾਇੰਸ ਦੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾਗਾ ਪਰ ਸਰਕਾਰ ਦਾ ਸਵਾਲ ਹੈ ਕਿ ਤੁਸੀਂ ਇੱਕ ਪਾਸੇ ਆਮ ਆਦਮੀ ਕਲੀਨਿਕ ਖੋਲ ਕੇ ਬੈਠੇ ਹੋ 500 ਦੇ ਕਰੀਬ ਹੋ ਚੁੱਕੇ ਨੇ ਵਿਰੋਧੀ ਇਲਜ਼ਾਮ ਲਗਾਉਂਦੇ ਨੇ ਕਿ ਤੁਸੀਂ ਰੰਗ ਰੂਗਣ ਕੀਤਾ ਹੈਗਾ ਜਿਹੜੀਆਂ ਚੰਗੀਆਂ ਭਲੀਆਂ ਡਿਸਪੈਂਸਰੀਆਂ ਇਹ ਕੋਈ ਉਹਨਾਂ ਨੂੰ ਆਮ ਆਦਮੀ ਕਲੀਨਿਕ ਚ ਖੋਲ ਦਿੱਤਾ ਜਿੱਥੇ ਸਿਰਫ 9 ਤੋਂ 3 ਹੀ ਦਵਾਈ ਮਿਲੂਗੀ ਉਸ ਤੋਂ ਬਾਅਦ ਲੋਕ ਕਿੱਥੇ ਜਾਣਗੇ ਪਰ ਨਾਲ ਦੀ ਨਾਲ ਕੀ ਡਿਸਪੈਂਸਰੀਆਂ ਜਿਹੜੀਆਂ ਨੇ ਰੂਰਲ ਡਿਸਪੈਂਸਰੀਜ਼ ਨੇ ਕੀ ਉੱਥੇ ਸਟਾਫ ਨਰਸ ਕੰਮ ਕਰ ਸਕਦੀਆਂ ਨੇ ਔਰ ਦੂਜੀ ਗੱਲ ਜਿਹੜੇ ਆਯੁਰਵੈਦਿਕ ਪ੍ਰੈਕਟਿਸਨਰ ਡਾਕਟਰ ਨੇ ਕੀ ਉਹ ਇੱਕ ਐਲੋਪੈਥੀ ਮੈਡੀਸਨ ਦੇ ਸਕਦੇ ਨੇ ਡਿਸਪੈਂਸਰੀਆਂ ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਆਯੁਰਵੈਦਿਕ ਜਾਂ ਹੋਮੋਪੈਥਿਕ ਵੀ ਡਿਸਪੈਂਸਰੀਆਂ ਆ ਗਈਆਂ ਨੇ ਲੇਕਿਨ ਜਿਹੜਾ ਵੀ ਮਰੀਜ਼ ਆ ਉਹ ਚੁਆਇਸ ਹੁੰਦੀ ਹੈ ਕਿ ਉਹਨੇ ਐਲੋਪੈਥੀ ਤਕਨੀਕ ਨਾਲ ਇਲਾਜ ਕਰਵਾਉਣਾ ਜਾਂ ਆਯੁਰਵੈਦਿਕ ਜਾਂ ਫਿਰ ਉਹ ਹੋਮੋਪੈਥਿਕ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਇੱਕ ਆਯੁਰਵੈਦਿਕ ਡਾਕਟਰ ਐਲੋਪੈਥੀ ਦਵਾਈ ਦੇਵੇ ਤੇ ਜਿਹੜਾ ਐਮਬੀਬੀਐਸ ਡਾਕਟਰ ਨੇ ਉਹ ਆਯੁਰਵੈਦਿਕ ਜਾਂ ਹੋਮੋਪੈਥਿਕ ਦੀ ਦਵਾਈ ਦੇਵੇ ਇਹ ਸਰਾਸਰ ਅਨਿਆਇਕ ਧੱਕਾ ਦੇਖਦਾ ਹੈ ਇਸ ਮਸਲੇ 'ਚ ਵਿਰੋਧੀ ਹੋਰ ਕੁਝ ਕੀ ਕਹਿੰਦੇ ਆਗੇ ਨੇ ਤੇ ਜਿਹੜੇ ਡਾਕਟਰ ਬਲਬੀਰ ਸਿੰਘ ਨੇ ਜੋ ਖੁਦ ਇੱਕ ਕਾਬਲ ਡਾਕਟਰ ਨੇ ਉਹ ਇਸ ਮਸਲੇ 'ਚ ਆਪਣਾ ਪੱਖ ਜਲਦ ਰੱਖਦੇ ਜਾਂ ਨਹੀਂ ਰੱਖਦੇ ਲੇਕਿਨ ਹੈ ਕਾਨੂੰਨ ਦੀ ਉਲੰਘਣਾ ਐਕਟ ਦੀ ਉਲੰਘਣਾ ਗਈ ਕਿ ਇੱਕ ਸਟਾਫ ਨਰਸ ਦੇ ਹਵਾਲੇ ਰੂਲਰ ਡਿਸਪੈਂਸਰੀਆਂ ਕਿਵੇਂ ਤਨਾਤ ਕੀਤੀਆਂ ਜਾ ਸਕਦੀਆਂ ਕਿਵੇਂ ਉਹਨਾਂ ਦੀ ਦੇਖਭਾਲ ਕੀਤੀ ਜਾ ਸਕਦੇ ਇਹ ਤੇ ਐਕਟ ਦੀ ਤੁਲੰਘਣਾ ਹੈ ਹੀ ਹੈ ਮਰੀਜ਼ਾਂ ਦੇ ਨਾਲ ਵੀ ਧੱਕਾ ਔਰ ਜਿਹੜੇ ਸਰਕਾਰ ਨੇ ਵਾਦਾ ਕੀਤਾ ਪਈ ਚੰਗੀਆਂ ਸੇਵਾਵਾਂ ਦੇਣੀਆਂ ਉਹਦੇ ਨਾਲ ਵੀ ਧੋਖਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ